ਸੂਬੇ ਨੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਤਾਂ ਉਸ ਵੇਲੇ ਦੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਇਹਨਾਂ ਮਾਸੂਮ ਬੱਚਿਆਂ 'ਤੇ ਇੰਨਾ ਜ਼ੁਲਮ ਨਾ ਕਰ, ਤੈਨੂੰ ਲੇਖਾ ਦੇਣਾ ਪਊਗਾ, ਜੇਕਰ ਬਦਲਾ ਲੈਣਾ ਹੈ ਤਾਂ ਇਹਨਾਂ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲੈ, ਇਹ ਸੂਬਾ ਸਰਹੰਦ ਇਹਨਾਂ ਕੋਮਲ ਕਲੀਆਂ 'ਤੇ ਅੱਤਿਆਚਾਰ ਨਾ ਕਰ, ਝੂਠ ਬੋਲਾਂ ਤਾਂ ਕੁਝ ਬਚਦਾ ਏ, ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ। ਇੱਕ ਮੁਸਲਮਾਨ ਭਰਾ ਨੂੰ ਡਟ ਕੇ ਇਸ ਤਰ੍ਹਾਂ ਬੋਲਿਆ। ਸ਼ਹੀਦ